ਵਾਇਗੁਰਜੀ ਖਾਲਸਾ ਵਾਇਗੁਰਜੀ ਕੀ ਫਤਿਹ ਸੰਗਤਜੀ ਪਿੰਡ ਬਜਰੂਰ ਨੂਰਪੁਰ ਬੇਦਿਕੋਲ ਪੈਂਦਾ ਜਿਲ੍ਹਾ ਪੈਂਦਾ ਰੋਪੜ ਹੈ ਨਾ ਦੋ ਯੰਗ ਬੱਚੇ ਆ ਜਿਨ੍ਹਾਂ ਨੂੰ ਏ ਐਨ ਐਮ ਦੇ ਵਿੱਚ ਸਪੋਰਟ ਕੀਤੀ ਜਾ ਰਹੀ ਹੈ ਇੱਕ ਸਾਲ ਤੋਂ ਸੰਗਤ ਲਗਾਤਾਰ ਸਪੋਰਟ ਕਰ ਰਹੀ ਹੈ ਇੱਕ ਸਾਲ ਤੋਂ ਬਾਅਦ ਦੁਬਾਰਾ ਇਹਨਾਂ ਦੀ ਜੋ ਫੀਸਿਸ ਸੀਗੀਆਂ ਇਨਕਲੂਡਿੰਗ ਮੈਸ ਚਾਰजेस ਫੂਡ ਤੋਂ ਲੈ ਕੇ ਇਹਨਾਂ ਦੀ ਐਗਜ਼ਾਮੀਨੇਸ਼ਨ ਫੀਸ ਐਨੂਅਲ ਫੀਸ ਸਾਰੀ ਸੰਗਤ ਦੀ ਸਹਿਯੋਗ ਨਾਲ ਭਰੀ ਜਾ ਰਹੀ ਹੈ ਸੋ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਵੀਡੀਓਜ਼ ਨੂੰ ਇਹਨਾਂ ਪੋਜ਼ਿਟਿਵਿਟੀ ਨੂੰ ਸ਼ੇਅਰ ਕਰਨਾ ਆਨਲਾਈਨ ਤੁਹਾਡਾ ਫਰਜ਼ ਹੈ ਨਾ ਆਪਾਂ ਦੁਬਾਰਾ ਆਏ ਆ 1 ਸਾਲ ਬਾਅਦ ਇਹਨਾਂ ਬੱਚਿਆਂ ਦੀ ਜੋ ਅਗਲੇ 6 ਮਹੀਨੇ ਦੀ ਫੀਸ ਨੂੰ ਐਕਸਟੈਂਡ ਕਰਨ ਆਏ ਤੇ ਸੰਗਤ ਨੂੰ ਰੂਬਰੂ ਕਰਾ ਦਈਏ ਕਿ ਸੇਵਾ ਕਿਸ ਤਰੀਕੇ ਨਾਲ ਚੱਲ ਰਹੀ ਹੈ ਮੈਂ ਆ ਰਿਹਾ ਸੀ ਤੇ ਬੱਚੇ ਕੱਕੰਡਾ ਵੀ ਲੈ ਕੇ ਆ ਰਹੇ ਆ ਸੰਡੇ ਦਾ ਦੇਣਾ ਤੇ ਬੱਚੇ ਘਰ ਦੇ ਵਿੱਚ ਵੀ ਉਹਨਾਂ ਦੀ ਡੋਮੈਸਟਿਕ ਜ਼ਿੰਮੇਵਾਰੀਆਂ ਉਹ ਵੀ ਨਿਭਾ ਰਹੇ ਨੇ ਨਾ ਪੰਜੀ ਕੀ ਹਾਲ ਹੈ ਤੁਹਾਡਾ ਕੋਟਾ ਸਰ ਆਜਬਿੰਦਰ ਕੋਰ ਤੁਹਾਨੂੰ ਸਾਲ ਹੋ ਗਿਆ ਪੜਦੇ-ਪੜਦੇ ਪਰ ਮੈਨੂੰ ਯਾਦ ਦਿਲਾਓ ਕਿ 12ਵੀਂ ਚ ਕਿੰਨੇ ਨੰਬਰ ਆਏ ਸੀ ਤੁਹਾਡੇ ਸਰ 91% ਸੀ ਮੇਰੇ 91% ਹੋ ਤੁਹਾਡੇ 90% 90 ਔਰ 91% ਕੋਈ ਕੋਈ ਨਕਲ ਮਾਰ ਕੇ ਲਿਤਾ ਸੀ ਨਹੀਂ ਸਰ ਉਹ ਮਿਹਨਤ ਕੀਤੀ ਬਹੁਤ ਮਿਹਨਤ ਕੀਤੀ ਸੀ ਕੋਈ ਟਿਊਸ਼ਨ ਵਗੈਰਾ ਵੀ ਕਰਦੇ ਸੀ ਨਹੀਂ ਸਰ ਕੋਈ ਟਿਊਸ਼ਨ ਸਾਡੇ ਘਰਾਂ ਦੇ ਵਿੱਚ ਬੱਚੇ ਦੇਖੋ ਕਿੰਨੇ-ਕਿੰਨੇ ਟਿਊਸ਼ਨਾਂ ਪੜ੍ਹਦੇ ਆ ਆ ਫਿਜ਼ਿਕਸ ਦੀ ਜਾਂ ਹੀਦੀ ਜਾਂ ਉਦੀ ਕਿੰਨੇ ਕਿੰਨੇ ਸਬਜੈਕਟ ਦੇ ਕਿੰਨੇ ਕਿੰਨੇ ਕੰਟਿਟਿਊਸ਼ਨ ਪੜ੍ਹਦੇ ਆ 90 ਔਰ 91% ਨਕਲ ਤਾਂ ਨਹੀਂ ਮਾਰੀ ਸੀ ਪੱਕਾ ਨਹੀਂ ਸਰ ਮੈਂ ਪੀਣਾ ਕਰਾਂਗਾ ਮਿਹਨਤੀ ਬੱਚੇ ਆ ਮਿਹਨਤੀ ਬੱਚੇ ਨੇ ਨਾ ਸੋ ਸੰਗਤ ਜੀ ਹਮੇਸ਼ਾ ਕਰਾਸ ਵੈਰੀਫਾਈ ਕਰਕੇ ਹਮੇਸ਼ਾ ਮਿਹਨਤੀ ਬੱਚਿਆਂ ਨੂੰ ਸਪੋਰਟ ਕੀਤੀ ਜਾਂਦੀ ਹੈ ਮੈਨੂੰ ਯਾਦ ਆ ਜਦ ਅਸੀਂ ਪਹਿਲਾ ਸਾਲ ਪਹਿਲਾ ਫੀਸ ਭਰੀ ਜਾ ਰਹੀ ਸੀ ਜੀ ਨਾ ਮਰ ਅਸੀਂ ਤਾਂ ਕਿਆ ਪਰ ਰਹੀ ਸੰਗਤ ਨੇ ਆਪੇ ਭਰਨੀ ਹੁੰਦੀ ਹੈ ਉਸ ਸਮੇਂ ਉਹਦਾ ਮੋਰਲ ਡਾਊਨ ਸੀਗਾ ਕਿ ਥੋੜਾ ਜਿਹਾ ਆਰਥਿਕ ਰਾਹ ਕਿਸੇ ਵੀ ਅਪ ਡਾਊਨ ਹੋ ਸਕਦੇ ਕੋਈ ਬੜੀ ਗੱਲ ਨਹੀਂ ਹੈ ਇਸ ਤਾਂ ਤੇ ਫੀਸ ਦੇ ਰਹੀ ਚਿੰਤਾ ਸੀ ਤੁਹਾਨੂੰ ਲੱਗਦਾ ਸੀ ਇਸ ਤਰ੍ਹਾਂ ਕੋਈ ਭਰੀ ਜਾਊਗੀ ਨਹੀਂ ਮਤਲਬ ਸ ਗੱਲ ਕੀਤੀ ਦੀ ਭਾਬੀ ਭਾਜੀ ਹੋਣੀ ਉਹ ਤੋਂ ਬਾਅਦ ਹੀ ਅਸੀਂ ਸੋਚਿਆ ਕਿ ਕੁਝ ਕਰਨਾ ਹੈ ਕੁਝ ਕਰਨਾ ਹਾਂਜੀ ਸਰ ਜਲਦੀ ਜਲਦੀ ਫਾਈਨੈਂਸ਼ਲੀ ਇੰਡੀਪੈਂਡੈਂਟ ਹੋਣਾ ਹੈ ਨਾ ਹਾਂਜੀ ਸਰ ਹੈ ਨਾ ਇੱਛਾ ਸ਼ਕਤੀ ਸੀਗੀ ਤਾਂ ਸੰਗਤ ਨੇ ਪਰਮਾਤਮਾ ਨੇ ਆਪਣੇ ਆਪ ਉਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਹੁੰਦੇ ਹਨਾ ਸੋ ਸੰਗਤ ਜੀ ਬਹੁਤ ਬਹੁਤ ਧੰਨਵਾਦ ਹੈ ਅਗਨੇ 6-6 ਮਹੀਨੇ ਦੇ ਚੈੱਕ 25 25000 ਦੇ ਬੱਚੇ ਤੁਹਾਡੇ ਚੱਕ ਨੇ ਰਾਜਵਿੰਦਰ ਕੌਰ ਦੇ ਔਰ ਸੰਦੀਪ ਕੌਰ ਦੇ ਮੇਰਾ ਨਹੀਂ ਮੈਂ ਤੁਹਾਨੂੰ ਬਾਰ ਬਾਰ ਦੱਸਦਾ ਮੇਰਾ ਕੋਈ ਚਿਹਰਾ ਜਿਹਾ ਹੁੰਦਾ ਇਸ ਤੋਂ ਜ਼ਿਆਦਾ ਕੁਝ ਨਹੀਂ ਸੰਗਤ ਨੇ ਕਿਉਂਕਿ ਬਾਕੀ ਟੀਮ ਹੈ ਕਾਫੀ ਉਹ ਕੈਮਰੇ ਰਹੀ ਉਹ ਇੱਥੇ ਨਹੀਂ ਆ ਸਕਦੇ ਰਲ ਮਿਲ ਕੇ ਹੀ ਸੇਵਾਵਾਂ ਕਰਦੇ ਸਾਰੇ ਇਕੱਠੇ ਹੋ ਕੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਹੈ ਅਗਲਾ ਇੱਕ ਸਾਲ ਰਹਿ ਗਿਆ ਉਸ ਤੋਂ ਬਾਅਦ ਕਿਰਪਾ ਕਰਕੇ ਜੇ ਹੋ ਸਕੇ ਤਾਂ ਸਰਵਮੈਂਟੀ ਦੇ ਜੋ ਕੇਅਰ ਸੈਂਟਰ ਚੱਲਦੇ ਨੇ ਉਸ ਦੇ ਵਿੱਚ ਸੇਵਾ ਸਹਿਯੋਗ ਦਿਓ ਹੈ ਨਾ ਔਰ ਸਰ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਏਗੀ ਨਾ ਇਸ ਦੇ ਵਿੱਚ ਤੁਹਾਡੇ ਤੋਂ ਸਹੀ ਬਹੁਤ ਜ਼ਿਆਦਾ ਖੁਸ਼ੀ ਹੋਣੀ ਜੀ ਜੀ ਬਾਕੀ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਇਦਾਂ ਦੀ ਛੋਟੀ ਬਣਾ ਜਦ ਇੰਨੇ ਭਰੋਸੇ ਨਾਲ ਕਹਿਦੀ ਹੈ ਨਾ ਬੜਾ ਖੁਸ਼ ਹੁੰਦਾ ਨਾ ਸੰਗਤ ਵੀ ਨਾਲ ਬਹੁਤ ਭਰੋਸਾ ਕਰਦੀ ਆ ਸੋ ਬਹੁਤ ਬਹੁਤ ਮਿਹਰਬਾਨੀ ਹੈ ਭਾਈ ਗੁਰੂ ਐਜ਼ ਅ ਟੀਮ ਬੜਾ ਸੌਖਾ ਹੋ ਜਾਂਦਾ ਹੈ ਇਹ ਜੋ ਤੁਹਾਡੇ ਵਰਗੇ ਛੋਟੀਆਂ ਭੈਣਾਂ ਸਾਨੂੰ ਦੇਖਦੀਆਂ ਰਹਿੰਦੀਆਂ ਨੇ ਉਹ ਹਿੰਮਤ ਹਾਰ ਜਾਂਦੀਆਂ ਕੇਵਲ ਘਰ ਦੇ ਵਿੱਚ ਆਰਥਿਕ ਅਲਾ ਠੀਕ ਨਹੀਂ ਹੁੰਦੇ ਜਾਂ ਪਿੱਛੇ ਮਾਪੇ ਇਹਨੇ ਪੜ੍ਹੇ ਲਿਖੇ ਨਹੀਂ ਹੁੰਦੇ ਉਹਨਾਂ ਬੱਚਿਆਂ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ ਪਤਾ ਤੁਸੀਂ ਰੋਲ ਮਾਡਲ ਬਣਦੇ ਹੋ ਉਹਨਾਂ ਬੱਚਿਆਂ ਲਈ ਤੁਹਾਡੇ ਉੱਪਰ ਸਿਰਫ ਤੁਹਾਡੀ ਆਪਣੇ ਆਪ ਦੀ ਜ਼ਿੰਮੇਵਾਰੀ ਨਹੀਂ ਤੁਹਾਨੂੰ ਸ਼ਾਇਦ ਬਹੁਤ ساری ਛੋਟੀਆਂ ਭੈਣਾਂ ਵੀ ਦੇਖਣਗੀਆਂ ਉਹਨਾਂ ਦੇ ਕੁਝ ਕਹਿਣਾ ਚਾਹੋਗੇ ਜੋ ਹਿੰਮਤ ਹਾਰ ਜਾਂਦੀਆਂ ਟੁਟੇ ਰਹੀ ਟਾ ਜਾਂਦੀਆਂ ਸਰ ਇਹ ਨਹੀਂ ਕਹੋਂਗੇ ਵੀ ਆਪਣੀ ਤੇ ਪਰ ਵੀ ਹਿੰਮਤ ਰੱਖੋ ਤੇ ਰੱਬ ਤੇ ਵੀ ਯਕੀਨ ਰੱਖੋ ਉਹ ਜ਼ਰੂਰ ਕਰੂਗੇ ਜੇ ਤੁਹਾਡੇ ਚ ਕੁਝ ਕਰਨ ਦੀ ਹਿੰਮਤ ਹੈਗੀ ਹੈ ਨਾ ਤਾਂ ਰੱਬ ਜ਼ਰੂਰ ਹੈਲਪ ਕਰੂਗਾ ਤੁਹਾਡੀ ਤੁਸੀਂ ਨਹੀਂ ਹੈ ਨਾ ਕੋਈ ਗੱਲ ਨਹੀਂ ਵਾਹਿਗੁਰੂ ਇਹੀ ਬੇਨਤੀ ਹੈ ਇਹੀ ਅਰਦਾਸਾਂ ਨੇ ਸੋ ਫਤਿਹ ਦੀ ਸਾਧਨਾ ਵੀਡੀਓ ক্লোਜ਼ ਕਰਦੇ ਹਾਂ ਤੇ ਤੁਹਾਡੇ ਤੋਂ ਐਕਸਪੈਕਟ ਕਰਦੇ ਹਾਂ ਪੋਜ਼ਿਟਿਵਿਟੀ ਨੂੰ ਸ਼ੇਅਰ ਕਰਨ ਦੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ